ਹੋਰ ਇਹਨੂੰ ਕੀ ਕਹਿੰਦੇ ਆ? ਦੇਖੋ ਇਹਦੇ ਨਾਲ ਹੀ ਬਿਲਕੁਲ ਇੱਧਰ ਟੋਇਲਟ ਆ, ਮਤਲਬ ਉਸਕਾ ਮਤਲਬ ਇਹ ਕਿ ਐਸਾ ਗੰਦਾ ਕੰਮ ਕਰੋ, ਇਮੋਸ਼ਨਲੀ ਨਾ ਬਲੈਕਮੇਲ ਕਰ, ਇਮੋਸ਼ਨਲੀ ਐਸੇ ਭਾਵੁਕ ਹੋ ਕੇ ਨਹੀਂ, ਮੇਰੇ ਮਾਂ ਬਾਪ ਨਹੀਂ ਲੱਗਦਾ। ਤੇ ਮੱਖੀਆਂ ਜਿਹੜੀਆਂ ਆ ਇਹਦੇ ਚ ਮੱਖੀਆਂ ਦੀ ਭਰਮਾਰ ਆ, ਆਹ ਦੇਖੋ ਆਹ ਦੇਖੋ ਆਹ ਮੱਖੀਆਂ ਸਾਰੀਆਂ ਇਹ ਨਾ ਜਾਲੀ ਲਗਾਏਗੇ ਬਾਬੂ ਜੀ ਸਭ ਕੁਛ ਕਰੇਗਾ। ਔਰ ਓਪਨ ਚ ਤਰਪਾਲ ਇੱਦਾਂ ਹੀ ਰੱਖਿਆ ਹੋਇਆ ਇਹਨਾਂ ਨੇ, ਤੇ ਤਰਪਾਲ ਦੇ ਵਿੱਚ ਪਿੰਨੀਆਂ ਤੁਸੀਂ ਮੱਖੀਆਂ ਦੇਖ ਸਕਦੇ ਆ, ਇੱਦਾਂ ਹੀ ਮੱਖੀਆਂ ਦੀ ਭਰਮਾਰ ਆ ਉਹ ਦੇਖੋ। ਤੇ ਕੱਪੜੇ ਵੀ ਜਿਹੜੇ ਆ ਇੱਦਾਂ ਹੀ ਤਰਪਾਲ ਸੁੱਕਣੇ ਪਾਏ ਹੋਏ ਆ। ਤੇ ਬਾਥਰੂਮ ਚ ਜਿਹੜਾ ਗੋੜਾ ਆਹ ਦੇਖੋ ਤੁਸੀਂ, ਬਾਥਰੂਮ ਨਹੀਂ ਹੈ, ਹੋਰ ਇਹਨੂੰ ਕੀ ਕਹਿੰਦੇ ਆ? ਆਹ ਦੇਖੋ ਇਹਦੇ ਨਾਲ ਹੀ ਬਿਲਕੁਲ ਇੱਧਰ ਟੋਇਲਟ ਆ, ਆਹ ਦੇਖੋ ਆਹ ਦੇਖੋ ਇਹ ਟੋਇਲਟ ਆ, ਮਤਲਬ ਆਹ ਟੋਇਲਟ ਆ, ਆਹ ਗੋੜਾ ਰੱਖਿਆ ਹੋਇਆ। ਏਦਾਂ ਦੇ ਹਾਲਾਤਾਂ ਚ ਇਹ ਚੀਜ਼ਾਂ ਪ੍ਰੋਵਾਈਡ ਕਰਦੇ ਆ। ਸੋ ਇਹ ਗੁੜ ਦੇ ਸੈਂਪਲ ਲੈ ਜਾਣੇ ਆ, ਗੁੜ ਦੇ ਦੇਖੋ ਤੁਸੀਂ ਕਿੱਦਾਂ ਦੇ ਹਾਲਾਤ ਚ ਇਹਨੇ ਇਹ ਗੁੜ ਰੱਖਿਆ। ਇਹ ਗੁੜ ਪਿੰਨੀਆਂ ਬਣਾਉਣ ਲਈ ਯੂਜ ਕਰਦਾ ਬੰਦਾ ਰਾਮੋ ਗਿਆਨ ਚੰਦਰ। ਤੂੰ ਇੱਕ ਵਾਰ ਬਤਾ ਰੋ ਕਿਉਂ ਰਹਾ ਹੈ, ਰੋ ਕਿਉਂ ਰਹਾ ਹੈ, ਮਤਲਬ ਪਾਪ ਯਾਦ ਆ ਰਹੇ ਹੈ? ਗਲਤੀ ਹੋ ਗਿਆ, ਨਹੀਂ ਨਹੀਂ ਮਤਲਬ ਮੈਂ ਰੋ ਰਹਾ ਹੂੰ ਕਿ ਬਾਪ ਨਹੀਂ ਹੈ, ਮਾਤਾ ਨਹੀਂ ਹੈ, ਆਪ ਕੋਈ ਨਹੀਂ। ਮਤਲਬ ਉਸਕਾ ਮਤਲਬ ਇਹ ਹੈ ਕਿ ਐਸਾ ਗੰਦਾ ਕੰਮ ਕਰੋ, ਨਹੀਂ ਹਮ ਨਹੀਂ ਕਰਾਂਗੇ, ਬਾਪ ਨੇ ਮਾਫ ਕਰ ਦਿਆ, ਇਸਕੇ ਬਾਅਦ ਹਮ ਕਰ ਨਹੀਂ। ਅਬਰ ਮੇਰੇ ਮਾਂ ਬਾਪ ਨਹੀਂ ਹੈ, ਮੇਰੇ ਵੀ ਨਹੀਂ, ਇੱਕ ਮਿੰਟ ਮੇਰੀ ਬਾਤ ਸੁਣ, ਮੇਰੇ ਇਮੋਸ਼ਨਲੀ ਨਾ ਬਲੈਕਮੇਲ ਕਰ, ਇਮੋਸ਼ਨਲੀ ਐਸੇ ਭਾਵੁਕ ਹੋ ਕੇ ਨਹੀਂ, ਮੇਰੇ ਮਾਂ ਬਾਪ ਨਹੀਂ, ਮੈਂ ਲੋਕਾਂ ਕੋ ਜ਼ਹਿਰ ਖਿਲਾ ਦੂੰ ਹੈ, ਮੇਰੇ ਹੈ ਨਹੀਂ ਹੈ ਮਾਤਾ ਪਿਤਾ, ਕਿਸਕੇ ਹੈ, ਜਹਾਂ ਕਿਤਨੋ ਕੋ ਪੁੱਛਣ ਕੇ ਮਾਂ ਬਾਪ ਨਹੀਂ ਹੈ ਤੋ ਸਮਾਜ ਕੋ ਮਾਰ ਦੇਂਗੇ ਲੋਕ। ਭਰਤ ਦਾ ਤੇ ਮੱਖੀਆਂ ਜਿਹੜੀਆਂ ਆ ਇਹਦੇ ਚ ਮੱਖੀਆਂ ਦੀ ਭਰਮਾਰ ਆ, ਆਹ ਦੇਖੋ ਆਹ ਦੇਖੋ ਆਹ ਮੱਖੀਆਂ ਸਾਰੀਆਂ ਇਹ ਨਾ ਜਾਲੀ ਲਗਾਏਗੇ ਬਾਬੂ ਜੀ ਸਭ ਕੁਛ ਕਰੇਗਾ ਬਿਮਾਰ ਹੋ ਜਾਏਗਾ, ਜੈਸੇ ਤੂੰ ਗੰਦੇ ਹਾਲਾਤੋਂ ਮੈਂ ਰੱਖਾ ਉਹ ਬਿਮਾਰ ਹੋ ਜਾਏਗਾ, ਫਿਰ ਬਤਾ ਫਿਰ ਇਸ ਕੰਮ ਕਰੇਗਾ, ਲੇਖਾ ਦੇਣਾ ਪੜੇਗਾ ਪਰਮਾਤਮਾ ਕੋ, ਆਂਦੇ ਹੋ ਜੇ ਗਲਤ ਕੰਮ ਕਰੋਗੇ ਤਾਂ ਸਜ਼ਾ ਮਿਲੇਗੀ ਨਾ, ਸਜ਼ਾ ਮਿਲੇਗੀ ਤਾਂ ਆਪਕੋ ਮਿਲੇਗੀ ਨਾ, ਪਰਮਾਤਮਾ ਬਖਸ਼ੇਗਾ ਆਪਕੋ? ਨਹੀਂ ਨਹੀਂ ਬਖਸ਼ੇਗਾ ਨਾ, ਆਪ ਸਹੀ ਕਹਿ ਰਹੇ, ਨਹੀਂ ਰੱਬ ਬਖਸ਼ੇਗਾ ਪਰਮਾਤਮਾ? ਨਹੀਂ ਨਹੀਂ ਬਖਸ਼ੇਗਾ, ਗਲਤ ਨਹੀਂ ਹੋਗਾ, ਗਲਤ। ਕੀਰਤੀ ਨਗਰ ਚ ਇੱਕ ਨੰਬਰ ਗਲੀ ਆ, ਰਾਮਚੰਦਰ ਇਸਕਾ ਨਾਮ ਹੈ। ਤੋ ਇਹਦੇ ਰਾਮਚੰਦਰ ਦੇ ਅਸੀਂ ਇਨਫੋਰਮੇਸ਼ਨ ਤੇ ਪਾਉਂਦੇ ਆ, ਸਾਨੂੰ ਸਵੇਰ ਦਾ ਹੀ ਬੰਦਾ ਫੋਨ ਕਰ ਰਿਹਾ ਸੀ ਇੱਕ ਸਰਦਾਰ ਜੀ ਸਾਡੇ, ਤੇ ਉਹ ਉਹਨਾਂ ਨੇ ਫਿਰ ਕਿਹਾ ਵੀ ਇੱਥੇ ਚੈੱਕ ਕਰੋ ਇਹ ਬੜੇ ਗੰਦੇ ਹਾਲਾਤਾਂ ਚ ਪਿੰਨੀਆਂ ਬਣਾਉਂਦਾ ਬੱਚਿਆਂ ਦੇ ਖਾਣ ਵਾਲੀਆਂ। ਹੈਰਾਨੀ ਦੀ ਗੱਲ ਆ ਵੀ ਤਰਪਾਲ ਤੇ ਪਿੰਨੀਆਂ ਪਾਈਆਂ ਹੋਈਆਂ ਤੇ ਉਹ ਉੱਪਰ ਕੱਪੜੇ ਕੱਛੇ ਬਨਣਾ ਟੰਗੇ ਹੋਏ ਤਾਰ ਤੇ, ਤੇ ਪਿੰਨੀਆਂ ਜਿਹੜੀਆਂ ਉੱਤੇ ਮੱਖੀਆਂ ਦੀ ਭਰਮਾਰ ਚੰਗੀ ਆ, ਗੁੜ ਘੋਲ ਕੇ ਟੱਬ ਰੱਖਿਆ ਹੋਇਆ ਜਿਹਦੇ ਚ ਇਹ ਪਿੰਨੀਆਂ, ਉਹ ਪਤਾ ਨੀ ਉਹ ਤਾਂ ਗੁੜ ਦਾ ਚਾਸ਼ਨੀ ਜੀ ਬਣਾਉਂਦਾ ਇਹ। ਫਿਰ ਜਿਹੜੇ ਇਹਦੇ ਜਿੱਦਾਂ ਦੇ ਹਾਲਾਤਾਂ ਚ ਇਹਨੇ ਪਿੰਨੀਆਂ ਰੱਖੀਆਂ, ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਇਹਦੇ ਕੋਲ ਲਾਇਸੈਂਸ ਹੈ, ਕਹਿੰਦਾ ਇਹ ਆ ਵੀ 4 ਮਹੀਨੇ ਕੰਮ ਕਰਦੇ ਫਿਰ ਅਸੀਂ ਗੋਰਖਪੁਰ ਯੂਪੀ ਚਲੇ ਜਾਂਦੇ ਹਾਂ।
ਮੈਂ ਇੱਕ ਗੱਲ ਇਹਨੂੰ ਪੁੱਛਦਾ ਵੀ ਤੂੰ 4 ਮਹੀਨੇ ਯਾਰ ਤੈਨੂੰ ਕੋਈ ਫੂਡ ਦਾ ਫਿਕਰ ਨਹੀਂ, ਗਲਤੀਆਂ ਮੰਨਣਾ, ਸਾਹਮਣੇ ਆ ਕੇ ਫੂਡ ਸੇਫਟੀ ਦੇ ਡਰੋਂ ਏਦਾਂ ਕਰਨਾ, ਇਹ ਡਰ ਕਰਕੇ ਨਹੀਂ ਚੰਗਾ ਕੰਮ ਕਰਨਾ ਹੋਣਾ ਚਾਹੀਦਾ। ਤੁਸੀਂ ਇਹ ਸੋਚੋ ਯਾਰ ਲੋਕਾਂ ਨੂੰ ਸੇਫ ਤੇ ਮਿਆਰੀ ਖਾਣਾ ਆਪਾਂ ਦੇਣਾ ਨਹੀਂ ਹੈਗਾ। ਫਿਰ ਮੈਂ ਇੱਕ ਗੱਲ ਇਹਨੂੰ ਕਹੀ ਆ ਰਾਮੋ ਨੂੰ ਬਈ ਜਿਹੜੇ ਬੱਚੇ ਆ ਉਹ ਵੀ ਤਾਂ ਸਾਡੇ ਹੀ ਆ ਜਿਹੜੇ ਖਾਂਦੇ ਆ, ਔਰ ਜਿਹੜੀ ਵਿਚਾਰਨ ਵਾਲੀ ਗੱਲ ਹੈ ਤੇ ਜਿਹੜੀ ਉਹ ਪਿੰਨੀਆਂ ਆ ਨਾ ਜਿਹੜੀਆਂ ਇਹ ਬਣਾ ਰਿਹਾ, ਉਹ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਅਮੀਰ ਜਾਂ ਵੱਡਾ ਜਿਹੜਾ ਬਹੁਤ ਪੈਸੇ ਵਾਲਾ ਉਹ ਖਾਂਦਾ ਹੋਊ ਨਾ, ਔਰ ਮੈਨੂੰ ਇਹ ਵੀ ਨਹੀਂ ਲੱਗਦਾ ਕਿ ਉਹਨੂੰ ਵੱਡੇ ਖਾਂਦੇ ਹੋਣਗੇ, ਵੱਡੇ ਵੱਡੇ ਵਡੇਰੀ ਉਮਰ ਦੇ, ਉਹਨੂੰ ਬੱਚੇ ਹੀ ਖਾਂਦੇ ਆ, ਔਰ ਬੱਚੇ ਵੀ ਮੈਨੂੰ ਲੱਗਦਾ ਵੀ ਜਿਹੜੇ ਆ ਤੂੰ ਤੂੰ ਤਾਂ ਤੂੰ ਅਮੀਰ ਤਾਂ ਹੈ ਨੀ ਬਹੁਤਾ, ਦੇਖਣ ਤੋਂ ਲੱਗਦਾ ਵੀ ਬਹੁਤ ਅਮੀਰ ਤਾਂ ਹੈ ਨੀ, ਤੇ ਤੂੰ ਅਗਰ ਗਰੀਬ ਦੇ ਬੱਚਿਆਂ ਦਾ ਨੀ ਫਿਕਰ ਕਰੂੰਗਾ ਤਾਂ ਕੌਣ ਕਰੂਗਾ, ਤਾਂ ਗਰੀਬਾਂ ਦੇ ਬੱਚੇ ਤਾਂ ਤੂੰ ਮਾਰਨ ਲੱਗਾ, ਤੇਰੀ ਚੀਜ਼ ਤਾਂ ਗਰੀਬ ਦੇ ਬੱਚੇ ਨੇ। ਸੋ ਅੱਜ ਇਹਨੂੰ ਇਹ ਜੋ ਮਰਜ਼ੀ ਕਹਿੰਦਾ ਆ ਤੇ ਅਸੀਂ ਇਹਦੇ ਸੈਂਪਲ ਲੈ ਚੱਲੇ ਅੱਜ, ਪਿੰਨੀਆਂ ਦੇ ਵੀ ਲੈ ਲਏ ਸੈਂਪਲ, ਗੁੜ ਜਿਹੜਾ ਇਹ ਗੁੜ ਇਹਨੇ ਬਾਥਰੂਮ ਚ ਰੱਖਿਆ ਹੋਇਆ ਸੀ ਇੱਦਾਂ ਦੇ ਹਾਲਾਤਾਂ ਚ ਉਹ ਲੈ ਲਿਆ, ਤੇ ਬਾਥਰੂਮ ਚ ਜਿਹੜਾ ਗੁੜ ਆ ਆਹ ਦੇਖੋ ਤੁਸੀਂ, ਬਾਥਰੂਮ ਨਹੀਂ ਆ, ਹੋਰ ਇਹਨੂੰ ਕੀ ਕਹਿੰਦੇ ਆ, ਆਹ ਦੇਖੋ ਇਹਦੇ ਨਾਲ ਹੀ ਬਿਲਕੁਲ ਇੱਧਰ ਟੋਇਲਟ ਆ, ਆਹ ਦੇਖੋ ਆਹ ਦੇਖੋ ਇਹ ਟੋਇਲਟ ਆ, ਮਤਲਬ ਆਹ ਟੋਇਲਟ ਆ, ਆਹ ਗੁੜ ਰੱਖਿਆ ਹੋਇਆ, ਏਦਾਂ ਦੇ ਹਾਲਾਤਾਂ ਚ ਚੀਜ਼ਾਂ ਪ੍ਰੋਵਾਈਡ ਕਰਦੇ ਆ। ਸੋ ਇਹ ਗੁੜ ਦੇ ਸੈਂਪਲ ਲੈ ਜਾਣੇ ਆ, ਗੁੜ ਦੇ ਦੇਖੋ ਤੁਸੀਂ ਕਿੱਦਾਂ ਦੇ ਹਾਲਾਤ ਚ ਇਹਨੇ ਇਹ ਗੁੜ ਰੱਖਿਆ, ਇਹ ਗੁੜ ਪਿੰਨੀਆਂ ਬਣਾਉਣ ਲਈ ਯੂਜ ਕਰਦਾ ਬੰਦਾ ਰਾਮੋ ਰਾਮ ਚੰਦਰ, ਤੇ ਅਸੀਂ ਜਿਹੜਾ ਅਸੀਂ ਸੈਂਪਲ ਅੱਜ ਪਿੰਨੀਆਂ ਦੇ ਵੀ ਇੱਥੋਂ ਲੈਣੇ ਆ ਕੀਰਤੀ ਨਗਰ ਚ ਰਾਮੂ ਦੇ, ਮਕਸਦ ਜਿਹੜਾ ਇਹ ਨਹੀਂ ਹੈਗਾ ਇਕੱਲਾ ਭਾਈ ਜਿਹੜਾ ਇਹ ਸੈਂਪਲ ਲੈ ਲੈਣੇ ਆ ਉਹਦਾ ਰਿਜ਼ਲਟ ਕੀ ਆਊਗਾ, ਉਹ ਇੱਕ ਇਹਦਾ ਸਜ਼ਾ ਕੀ ਇਹਨੂੰ ਮਿਲਗੀ, ਮੰਤਵ ਇਹ ਹੈ ਭਾਈ ਸਾਡਾ ਜਿਹੜਾ ਲੋਕੀ ਅਵੇਅਰ ਹੋ ਜਾਣ, ਫੂਡ ਸੇਫਟੀ ਟੀਮ ਜਾਊਗੀ ਤਾਂ ਲੋਕੀ ਡਰੋਂ ਕਰਨ, ਨਹੀਂ ਅਸੀਂ ਚਾਹੁੰਦੇ ਸਾਡਾ ਮੈਸੇਜ ਜਿੱਥੇ ਪਹੁੰਚ ਜਾਂਦਾ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਲੋਕੀ ਆਪਣਾ ਆਪ ਠੀਕ ਕਰ ਲੈਣ, ਅਸੀਂ ਕਦਾ ਵੀ ਨਹੀਂ ਚਾਹੁੰਦੇ, ਕਦੀ ਵੀ ਨਹੀਂ ਚਾਹੁੰਦੇ ਅਸੀਂ ਜਾਈਏ ਤਾਂ ਸਾਨੂੰ ਏਦਾਂ ਦੇ ਹਾਲਾਤ ਮਿਲਣ, ਏਦਾਂ ਦੀ ਲੈਟਰਿਨ ਮਿਲੇ ਨਾਲ, ਇਹ ਨਹੀਂ ਅਸੀਂ ਚਾਹੁੰਦੇ, ਔਰ ਜਿੱਦਾਂ ਦੇ ਤਰਪਾਲ ਗੰਦੇ ਤੇ ਪਾਈ ਆ ਔਰ ਜਿੱਦਾਂ ਦੇ ਹਾਲਾਤਾਂ ਨੇ ਗਡਾਊਨ ਬਣਾਇਆ। ਸੋ ਸੈਂਪਲ ਲੈ ਲਾਂਗੇ ਔਰ ਸੈਂਪਲ ਜਦੋਂ ਟੈਸਟ ਹੋ ਕੇ ਆਉਣਗੇ ਫਿਰ ਹੀ ਇਹ ਵੇਚ ਸਕੂਗਾ, ਕੋਈ ਚੀਜ਼ ਨਹੀਂ ਤਾਂ ਨਹੀਂ ਵੇਚ ਸਕੂਗਾ। ਇਹ ਗੁੜ ਓਰਿਜਿਨਲ ਕਲਰ ਹੈਗਾ, ਤੂੰ ਗੁੜ ਕਿੱਥੋਂ ਖਰੀਦਿਆ ਬਈ ਰਾਮੋ? ਇਹ ਗੁੜ ਲੈ ਜਾਂਦੇ ਬਾਥਰੂਮ ਦੇ ਵਿੱਚ ਮਿਲਿਆ, ਇਹ ਉਹੀ ਗੋੜਾ ਜਿਹੜਾ ਇਹਨੇ ਘੋਲਿਆ ਹੋਇਆ ਡਿਸੋਲਵ ਕੀਤਾ ਹੋਇਆ, ਇਹਦੀਆਂ ਇਹਨੇ ਪਿੰਨੀਆਂ ਬਣਾਉਣੀਆਂ, ਇਹ ਇਹ ਕੁਛ ਨੀ ਹੈਗਾ, ਇੱਥੋਂ ਦੇਖਣ ਵਾਲੇ ਨੂੰ ਮੈਂ ਤਾਂ ਦਿਖਾਇਆ ਤੇ ਨੀਚੇ ਬੈਠਾ ਹੋਇਆ ਗੁੜ ਇਹੀ ਆ, ਆਹ ਦੇਖੋ ਇਹ ਇਹ ਆਹਾ ਇਹ ਉਹੀ ਗੁੜ ਹੈ, ਮਤਲਬ ਕਿੰਨਾ ਕੁ ਹਾਈਜੀਨ ਦਾ ਖਿਆਲ ਰੱਖਦੇ ਇਹ, ਜਿਹੜੇ ਲੋਕ ਇੱਦਾਂ ਦਾ ਸਵਾਲ ਕਰਦੇ ਆ ਨਾ ਵੀ ਤੁਸੀਂ ਪ੍ਰਵਾਸੀ